नमस्कार, मैं हूँ मारिया अजीज और आप देख रहे हैं मेरे साथ पीपीटी न्यूज। जिला संगरूर पुलिस ने एक घर में सस्ते ब्रांड की शराब को महंगे ब्रांड वाली शराब की बोतलों में भरकर बेचने वाले एक ग्रोह का पर्दाफाश किया। ये ग्रोह स्कॉच और महंगे दाम की शराब की बोतलों तक देसी शराब से तैयार कर रहे थे। वहीं पुलिस ने फिलहाल एक आरोपी को गिरफ्तार कर उनके ठिकाने से 909 लीटर देसी शराब, महंगे दाम की शराब की ब्रांड की खाली बोतलों और पंजाब सरकार के एक्साइज विभाग के होलोग्राम तक बरामद किए हैं। फिलहाल ग्रोह के कई सदस्य अभी फरार हैं, जिनकी तलाश में जिला संगरूर पुलिस जुटी है। ਦੇਸੀ ਸ਼ਰਾਬ ਬਿੰਨੀ ਜਿਹੜੀ ਉਹ ਉਹਨੂੰ ਯੂਜ਼ ਕਰਕੇ ਅਤੇ ਹਾਈ ਐਂਡ ਜਿਹੜੀਆਂ ਵਿਸਕੀਜ਼ ਨੇ ਉਹਨਾਂ ਦੀਆਂ ਬੋਟਲਸ ਦੇ ਵਿੱਚ ਪੈਕਿੰਗ ਕਰਕੇ ਉਹਨਾਂ ਨੂੰ ਐਜ਼ ਹਾਈ ਐਂਡ ਸ਼ਰਾਬ ਦੇ ਤੌਰ 'ਤੇ ਫਿਰ ਅੱਗੇ ਸਪਲਾਈ ਕਰਦੇ ਸੀਗੇ, ਵੇਚਦੇ ਸੀਗੇ। ਇਹ ਸਾਰੇ ਪ੍ਰੋਸੈਸ ਦੇ ਵਿੱਚ ਜੋ ਜੋ ਵੀ ਇਕਵਿਪਮੈਂਟ ਜਾਂ ਜੋ ਜੋ ਵੀ ਚੀਜ਼ਾਂ ਜਿਹੜੀਆਂ ਔਥੈਂਟੀਕੇਸ਼ਨ ਵਾਸਤੇ ਯੂਜ਼ ਹੁੰਦੀਆਂ ਨੇ ਉਹ ਸਾਰੀਆਂ ਕਾਫੀ ਮਾਤਰਾ ਦੇ ਵਿੱਚ ਸਾਡੇ ਕੋਲ ਬਰਾਮਦ ਹੋਈਆਂ ਨੇ। ਉਹਦੇ ਵਿੱਚ ਖਾਲੀ ਬੋਟਲਸ ਜਿਵੇਂ ਅਲੱਗ ਅਲੱਗ ਬ੍ਰਾਂਡਸ ਦੀਆਂ, 100 ਪਾਈਪਰਸ, ਬਲੈਕ ਡੋਗ, ਬਲੈਕ ਲੇਬਲ, ਬਲੈਂਡਰ ਸਪਰਾਈਡ, ਇਹ ਸਾਰੀਆਂ ਜਿਹੜੀਆਂ ਹਾਈ ਐਂਡ ਵਿਸਕੀਜ਼ ਨੇ ਇਹਨਾਂ ਦੀਆਂ ਖਾਲੀ ਬੋਟਲਸ ਪਲੱਸ ਉਹਨਾਂ ਦੇ ਕੋਕਸ ਵਗੈਰਾ ਜਾਂ ਉਹਨਾਂ ਦੇ ਜਿਹੜੇ ਢੱਕਣ ਹੁੰਦੇ ਉੱਪਰ ਉਹ, ਐਂਡ ਮੋਸਟ ਇੰਪੋਰਟੈਂਟਲੀ ਜਿਹੜਾ ਪੰਜਾਬ ਗਵਰਨਮੈਂਟ ਵੱਲੋਂ ਐਕਸਾਈਜ਼ ਡਿਪਾਰਟਮੈਂਟ ਵੱਲੋਂ ਜਿਹੜਾ ਇੱਕ ਹੋਲੋਗ੍ਰਾਮ ਹਰੇਕ ਬੋਟਲ ਦੇ ਉੱਤੇ ਲਗਾਇਆ ਜਾਣਾ ਹੁੰਦਾ, ਉਹ ਹੋਲੋਗ੍ਰਾਮਸ ਵੀ ਸਾਨੂੰ ਇਹਦੇ ਵਿੱਚੋਂ ਹਜੇ ਬਰਾਮਦ ਹੋਏ ਨੇ। ਸੋ ਇਹ ਇਸ ਤੋਂ ਇਹ ਪਤਾ ਲੱਗਦਾ ਵੀ ਜਿਹੜਾ ਕਾਫੀ ਔਰਗਨਾਈਜ਼ ਤਰੀਕੇ ਦੇ ਨਾਲ ਇਹ ਗੈਂਗ ਜਿਹੜਾ ਇਸ ਆਪਣੇ ਕੰਮਕਾਰ ਨੂੰ ਅੰਜਾਮ ਦੇ ਰਿਹਾ ਸੀਗਾ। ਸੋ ਪ੍ਰਿਤਪਾਲ ਸਿੰਘ ਜਿਹੜਾ ਹੈ ਉਹਨੂੰ ਅਸੀਂ ਅਰੈਸਟ ਕਰ ਲਿਆ, ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨ 'ਤੇ ਪੁਲਿਸ ਰਿਮਾਂਡ ਲਿਆ। ਹੁਣ ਔਨ ਰਿਮਾਂਡ ਉਹਦੀ ਡਿਟੇਲ ਬਰਕੀ ਨਾਲ ਜਿਹੜੀ ਪੁੱਛਗਿੱਛ ਕਰਾਂਗੇ ਵੀ ਹੋਰ ਕਿਹੜੇ ਕਿਹੜੇ ਜਿਹੜੇ ਬੰਦੇ ਨੇ ਇਹਦੇ ਵਿੱਚ ਇਨਵੋਲਵ ਨੇ। ਕਦੋਂ ਤੋਂ ਕੰਮ ਕਰਦਾ ਸੀ ਜੀ, ਕਿੱਥੇ ਕਿੱਥੇ ਵੇਚਦਾ? ਇਹ ਹਜੇ ਅਸੀਂ ਇਹਦੇ ਕੋਲੋਂ ਬਰੀਕੀ ਨਾਲ ਜਦੋਂ ਪੁੱਛਗਿੱਛ ਕਰਾਂਗੇ ਉਦੋਂ ਗੱਲ ਸਾਹਮਣੇ ਆਏਗੀ ਵੀ ਇਹਦਾ ਹੋਰ ਮੋਡਸ ਆਪਰੈਂਡੀ ਕੀ ਸੀਗਾ ਜਾਂ ਕਿੱਥੋਂ ਇਹ ਰੋ ਮਟੀਰੀਅਲ ਵਗੈਰਾ ਆਪਣਾ ਲਿਆਉਂਦੇ ਸੀਗੇ, ਐਂਡ ਮੋਰ ਇੰਪੋਰਟੈਂਟਲੀ ਅੱਗੇ ਸਪਲਾਈ ਕਿਹਨੂੰ ਕਿਹਨੂੰ ਕਰਦੇ ਸੀ। ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਹੈ ਡਿਟੇਲ ਪੁੱਛਗਿੱਛ ਦੇ ਵਿੱਚ ਅਸੀਂ ਸਾਹਮਣੇ ਲੱਗੇ ਹਾਂ। ਇਹ ਪ੍ਰਿਤਪਾਲ ਸਿੰਘ ਦਾ ਜਿਹੜਾ ਆਪਣਾ ਹੀ ਮਕਾਨ ਹੈ ਜਿਹਦੇ ਵਿੱਚ ਇੱਕ ਤਰ੍ਹਾਂ ਨਾਲ ਇਨਸਾਈਡ ਉਹ ਘਰ ਦੇ ਵਿੱਚ ਇਹਨਾਂ ਨੇ ਇਹ ਫੈਕਟਰੀ ਲਗਾਈ ਹੋਈ ਸੀ, ਉੱਥੋਂ ਹੀ ਸਾਰੀ ਜਿਹੜੀ ਇਹ ਬਰਾਮਦਗੀ ਉਹ ਹੋਈ ਹੈ। ਅਤੇ ਬਾਕੀ ਹਜੇ ਅਸੀਂ ਹੋਰ ਇਹਨੂੰ ਔਨ ਡਿਮਾਂਡ ਪੁੱਛਗਿੱਛ ਕਰ ਰਹੇ ਹਾਂ, ਹੋ ਸਕਦਾ ਇਹਦੇ ਵਿੱਚ ਹੋਰ ਵੀ ਉਮੀਦ ਹੈ ਕਈ ਤਰ੍ਹਾਂ ਦੀ ਰਿਕਵਰੀਜ਼ ਹੋਰ ਹੋਣ 'ਤੇ। ਇਹ ਪੇਸ਼ ਹੋਇਆ ਜੀ ਸਾਡੇ ਚੀਮਾਂ ਦੇ ਵਿੱਚ, ਉਸ ਤੋਂ ਬਾਅਦ ਇਹਦੀ ਫਾਰਮਲੀ ਅਸੀਂ ਗ੍ਰਿਫਤਾਰੀ ਪਾਈ ਹੈ ਔਰ ਗ੍ਰਿਫਤਾਰੀ ਪਾ ਕੇ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ 2-3 ਦਾ ਪੁਲਿਸ ਰਿਮਾਂਡ ਲਿਆ। ਥੈਂਕ ਯੂ। ਮਕਾਨ ਮਾਲ ਮੇਰੇ ਘਰੋਂ ਮਿਲ ਗਿਆ ਜੀ, ਫਿਰ ਮੈਨੂੰ ਬਾਹਰ ਅੰਦਰ ਮਿਲਦੇ ਗਿਲਦੇ।